हेलो दोस्तों, स्वागत है थोड़ा मेरे चैनल दे विच। दोस्तों आज मैं थोड़े नाल किचन गार्डनिंग ते गल करांगा। दिसंबर मंथ दे विच तुसी केड़ियां केड़ियां सब्जियां लगा सकते हो। सब तो पहला अगर गल करां दोस्तों मैं मेथी दी, ते तुसी देख सकते हो मैं मेथी लगाई हुई है। तुसी दिसंबर मंथ विच मेथी लगा सकते हो, ये तुसी देखो दोस्तों। मेथी लगानी बहुत ईजी है। तुसी सीड शॉप तो इस दे बीज लैके नॉर्मल सॉइल दे विच थोड़ा जिहा वर्मी कंपोज ऐड करो ते उस दे विच मेथी लगा दो। सैकेंड नंबर ते दोस्तों है ये पालक, ये देखो इसकी मैं हारवेस्टिंग भी की है, दो तीन बार इसकी तुड़ाई हो चुकी है। ये है पालक, तुसी पालक भी बहुत वधिया लगा सकते हो दिसंबर दे विच। ये जो भी अज तुहानू सब्जियां दसांगा ये सर्दियां वालियां सब्जियां हन। नेक्स्ट तुसी ये गाजरां लगा सकते हो दोस्तों, ये देखो गाजरां, ये मैं अपने गार्डन दे विच लगाईयां होईयां है किचन गार्डन च। नेक्स्ट है दोस्तों, कोई लोग कहिंदे हन कि सर्दियां विच पुदीना नहीं हुंदा है मिंट, ये देखो तुसी पुदीना, ये हले मेरा बाहर है ते ਤਾਂ ਥੋੜ੍ਹਾ ਜਿਹਾ ਇਸ ਤਰ੍ਹਾਂ ਹੈ। ਅਗਰ ਤੁਸੀਂ ਇਸ ਨੂੰ ਕਿਸੇ ਪੋਟ ਜਾਂ ਗਮਲੇ ਵਿੱਚ ਲਗਾਓਗੇ ਤਾਂ ਇਹ ਬਹੁਤ ਹੀ ਵਧੀਆ ਚੱਲਦਾ ਹੈ। ਇਹ ਦੇਖੋ ਨੈਕਸਟ ਅਗਰ ਦੋਸਤੋ ਗੱਲ ਕਰਾਂ ਤਾਂ ਉਹ ਹੈ ਧਨੀਆ ਤੁਹਾਡਾ, ਇਹ ਧਨੀਆ ਵੀ ਲਗਾਇਆ ਹੋਇਆ ਮੈਂ ਵਿੱਚ, ਇਸ ਨੂੰ ਵੀ ਤੁਸੀਂ ਸਰਦੀਆਂ ਵਿੱਚ ਲਗਾ ਸਕਦੇ ਹੋ। ਦੋਸਤੋ ਹਰ ਘਰ ਦੀ ਜ਼ਰੂਰਤ ਹੈ ਮੂਲੀਆਂ, ਤੁਸੀਂ ਬਾਜ਼ਾਰ ਤੋਂ ਮੂਲੀਆਂ ਲੈਂਦੇ ਹੋ, ਤੁਸੀਂ ਇਹ ਦੇਖ ਸਕਦੇ ਹੋ ਇਹ ਮੂਲੀਆਂ ਲੱਗੀਆਂ ਹੋਈਆਂ ਹਨ। ਮੈਂ ਹਰ ਜਗ੍ਹਾ 'ਤੇ ਕਿਤੇ ਵੀ ਮੈਂ ਸਬਜ਼ੀ ਲਗਾਉਂਦਾ ਹਾਂ ਉਸ ਦੇ ਵਿੱਚ ਮੈਂ ਮੂਲੀਆਂ ਦੇ ਬੀਜ ਦਬਾ ਦਿੰਦਾ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇਹ ਲਸਣ ਹੈ, ਲਸਣ ਨੂੰ ਵੀ ਤੁਸੀਂ ਲਗਾ ਸਕਦੇ ਹੋ। ਦੋਸਤੋ ਅਗਰ ਤੁਸੀਂ ਲਸਣ ਲਗਾਓਗੇ ਆਪਣੇ ਘਰ ਦੇ ਵਿੱਚ ਪੌੜ ਜਾਂ ਕਿਸੇ ਜ਼ਮੀਨ ਦੇ ਵਿੱਚ, ਉਸ ਨੂੰ ਤੁਸੀਂ ਰਾਖ, ਲੱਕੜੀ ਦੀ ਰਾਖ ਹੈ ਜੋ ਵੁੱਡ ਐਸ਼, ਉਹ ਜ਼ਰੂਰ ਪਾਇਆ ਕਰੋ ਕਿਉਂਕਿ ਉਸ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ। ਕੈਲਸ਼ੀਅਮ ਦੇ ਨਾਲ ਜੋ ਲਸਣ ਦੇ ਥੱਲੇ ਗੱਠੀ ਹੁੰਦੀ ਹੈ ਉਸਦੇ ਸਾਈਜ਼ ਵੱਧਦਾ ਹੈ, ਗੱਠੀਆਂ ਮੋਟੀਆਂ ਹੁੰਦੀਆਂ ਨੇ। ਦੋਸਤੋ ਇਹ ਦੇਖ ਸਕਦੇ ਹੋ ਤੁਸੀਂ। ਨੈਕਸਟ ਜੋ ਮੈਂ ਸਬਜ਼ੀ ਲਗਾਈ ਹੈ ਇਹ ਗੋਭੀ ਹੈ। ਇਹ ਗੋਭੀ ਨੂੰ ਜੋ ਇਸ ਤਰਫ ਹੈ ਗੋਭੀ ਤੁਹਾਨੂੰ ਦਿਖਾ ਰਿਹਾ ਹਾਂ, ਇਸ ਨੂੰ 20 ਤੋਂ 25 ਦਿਨ ਹੋ ਗਏ ਆ ਲੱਗੀ ਨੂੰ, ਇਹ ਹਲੇ ਰੈਡੀ ਨਹੀਂ ਹੋਈ। ਤੁਸੀਂ ਇਸ ਤਰਫ ਵਾਲੀ ਗੋਭੀ ਦੇਖੋ, ਇਹ ਗੋਭੀ ਦੇਖੋ ਸਾਰੀ ਰੈਡੀ ਹੋ ਗਈ ਆ ਹਾਰਵੈਸਟ ਕਰਨ ਦੇ ਲਈ। ਔਰਗੈਨਿਕ ਆ ਦੋਸਤੋ, ਕੋਈ ਕੈਮੀਕਲ ਫਰਟੀਲਾਈਜ਼ਰ ਨਹੀਂ ਐਡ ਕੀਤਾ ਇਸ ਦੇ ਵਿੱਚ। ਤੁਸੀਂ ਇਸ ਦਾ ਸਾਈਜ਼ ਦੇਖੋ ਫੁੱਲ ਦਾ, ਇਹ ਦੇਖੋ। ਤੁਸੀਂ ਵੀ ਦੋਸਤੋ ਟਰਾਈ ਕਰੋ ਔਰਗੈਨਿਕ ਦੇ ਲਈ, ਕਿਉਂਕਿ ਕੈਮੀਕਲ ਤਾਂ ਅਸੀਂ ਬਹੁਤ ਖਾਂਦੇ ਹਾਂ ਬਾਹਰੋਂ। ਔਰਗੈਨਿਕ ਇਹ ਦੇਖੋ, ਔਰਗੈਨਿਕ ਦੇ ਵਿੱਚ ਗੋਭੀ ਥੋੜ੍ਹੀ ਛੋਟੀ ਰਹੇਗੀ, ਇਸਦਾ ਫੁੱਲ ਥੋੜ੍ਹਾ ਛੋਟਾ ਰਹੇਗਾ, ਲੇਕਿਨ ਉਸਦਾ ਟੇਸਟ ਬਹੁਤ ਵਧੀਆ ਹੋਵੇਗਾ। ਨੈਕਸਟ ਅਗਰ ਗੱਲ ਕਰਾਂ ਦੋਸਤੋ, ਉਹ ਹੈ ਇਹ ਦੇਖੋ ਬੈਂਗਣ ਦੇ ਬੂਟੇ ਆ। ਬੈਂਗਣ ਨੂੰ ਵੀ ਤੁਸੀਂ ਲਗਾ ਸਕਦੇ ਹੋ ਦਸੰਬਰ ਦੇ ਵਿੱਚ, ਬਸ ਥੋੜ੍ਹੀ ਇਸਦੀ ਕੇਅਰ ਕਰਨੀ ਪੈਂਦੀ ਹੈ ਕਿਉਂਕਿ ਦਸੰਬਰ ਦੇ ਵਿੱਚ ਕੋਹਰੇ ਕਾਰਨ ਇਸਦੇ ਪੱਤੇ ਜਲਣ ਲੱਗ ਪੈਂਦੇ ਹਨ। ਥੋੜ੍ਹਾ ਜਿਹਾ ਇਸ ਨੂੰ ਕੋਹਰੇ ਤੋਂ ਬਚਾਉਣ ਦੇ ਲਈ ਤੁਸੀਂ ਕਵਰ ਕਰ ਦਿਓ ਸਾਈਡ ਤੋਂ। ਨੈਕਸਟ ਹੈ ਦੋਸਤੋ, ਇਹ ਮੂਲੀਆਂ ਲਗਾਈਆਂ ਹੋਈਆਂ ਹੈ, ਇਹ ਦੇਖੋ ਤੁਸੀਂ। ਇੱਥੇ ਸਰ੍ਹੋਂ ਲਗਾਈ ਹੋਈ ਸੀਗੀ, ਛੇਤੀ ਸਰ੍ਹੋਂ, ਬਸ ਉਸ ਨੂੰ ਹੁਣ ਮੈਂ ਵੱਢ ਦਿੱਤਾ ਹੈ। ਹੁਣ ਨੈਕਸਟ ਹੋਰ ਸਬਜ਼ੀਆਂ ਲਗਾਉਣ ਲਈ ਜ਼ਮੀਨ ਨੂੰ ਤਿਆਰ ਕਰਨਾ। ਦੋਸਤੋ ਟਮਾਟਰ, ਟਮਾਟਰ ਨੂੰ ਵੀ ਤੁਸੀਂ ਦਸੰਬਰ ਦੇ ਵਿੱਚ ਲਗਾ ਸਕਦੇ ਹੋ, ਇਹ ਵੀ ਸਰਦੀਆਂ ਵਿੱਚ ਬਹੁਤ ਵਧੀਆ ਚੱਲਦਾ ਹੈ। ਤੁਸੀਂ ਦੇਖ ਸਕਦੇ ਹੋ ਮੇਰੇ ਪਲਾਂਟ ਦੀ ਗਰੋਥ, ਇਸ ਨੂੰ ਵੀ ਤੁਸੀਂ ਆਪਣੇ ਘਰ ਵਿੱਚ ਲਗਾਓ ਜਾਂ ਕਿਚਨ ਗਾਰਡਨ ਵਿੱਚ ਲਗਾਓ ਜਾਂ ਤੁਸੀਂ ਗਮਲੇ ਜਾਂ ਪੋਟ ਵਿੱਚ ਵੀ ਲਗਾ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਮੈਂ ਬੋਰੀ ਵਿੱਚ ਲਗਾਇਆ ਹੈ। ਅਸੀਂ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੋ ਸਬਜ਼ੀਆਂ ਮੈਂ ਲਗਾਊਂਗਾ ਹੁਣ ਨੈਕਸਟ ਜਨਵਰੀ ਵਿੱਚ, ਕਿਉਂਕਿ ਦੋਸਤੋ ਅਗਰ ਤੁਸੀਂ ਇੱਕ ਵਾਰੀ ਆਪਣੇ ਕਿਚਨ ਗਾਰਡਨ ਨੂੰ ਤਿਆਰ ਕਰ ਲਉਂਗੇ ਉਸਦੇ ਵਿੱਚ ਜਿਉਂ ਜਿਉਂ ਸੀਜ਼ਨ ਆਈ ਜਾਵੇਗਾ, ਤੁਹਾਡੀਆਂ ਸਬਜ਼ੀਆਂ ਸੀਜ਼ਨ ਦੀਆਂ ਖਤਮ ਹੋ ਕੇ ਤੁਸੀਂ ਨੈਕਸਟ ਸੀਜ਼ਨ ਦੇ ਲਈ ਪਹਿਲਾਂ ਹੀ ਜ਼ਮੀਨ ਜਾਂ ਪੋਟ ਜਾਂ ਤੁਸੀਂ ਟੈਰਿਸ 'ਤੇ ਛੱਤ 'ਤੇ ਕਰਦੇ ਹਾਂ ਉਸਦੀ ਮਿੱਟੀ ਪਹਿਲਾਂ ਹੀ ਤਿਆਰ ਕਰ ਲਓ 10 ਦਿਨ। ਦੋਸਤੋ ਅਗਰ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਵੇ
तो प्लीज़ मेरे चैनल में सबसक्राइब करियो, वीडियो में ज़्यादा तो ज़्यादा शेयर करियो।